ਇੱਕ ਦੋ ਤਿੰਨ ਚਾਰ ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਤਾੜੀਆਂ। ਕਿਵੇਂ ਖਾਣ ਨੂੰ ਪੈਂਦਾ ਕੇਕ ਨੂੰ? ਆ ਜਾ ਕਹਿਣਾ, ਕਿੱਥੇ ਗਈ? ਇੱਧਰ ਅੱਗੇ ਆ, ਅੱਗੇ ਹੋਰ ਅੱਗੇ ਆ, ਇਹਨੂੰ ਇਹਨੂੰ ਖਵਾਉਣਾ ਹਰਜਾਪ ਨੂੰ। ਗੁਰੀ ਪਰੇ ਹੋ ਕਲੈਪੇ ਆ ਲੈ, ਇਹਦੇ ਨਾਲ ਲਾ ਦੇ, ਜੇ ਲਾਉਣਾ ਹੀ ਆ ਤਾਂ ਚੱਜ ਨਾਲ ਲਾ ਦੇ। ਉਹ ਸਾਰਾ ਨਾ ਮਾਰ, ਗੁਰੀ ਤੇਰੇ ਨਾਲ ਮਰ ਦੇਵੇ ਦੀਦੀ ਕਿਤੇ। ਓਏ ਹੁਣ ਕੀ ਬਣ ਗਿਆ ਤੇਰਾ? ਉਹ ਬਸ ਭਾਈ, ਬਸ ਬਸ ਭਾਈ, ਬਸ ਅਮਨ, ਬਸ ਭੈਣੇ, ਬੁੱਤ ਅੱਖ ਚ ਨਾ ਪਾ ਦਿਓ। ਨੈਪਕਿਨ ਖਾ ਲਈ ਹੁਣ ਰੰਜਨ? ਇਹ ਲੈ ਲੈ ਵੀ ਹਰਜਾਪ, ਇਹ ਮੁੱਛਾਂ ਲੱਗ ਗਈ ਹਰਜਾਪ ਦੇ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਬੋਲੇ ਸੋਨਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਹਰਜਾਪ ਦਾ ਹੈਪੀ ਬਰਥਡੇ ਹੈ ਜੀ। ਹਰਜਾਪ ਦੇ ਜਨਮ ਦਿਨ ਤੇ ਸਪੈਸ਼ਲੀ ਹਰਜਾਪ ਨੂੰ ਉਹਦੀ ਸਿਸਟਰ ਨੇ ਇੱਕ ਗ੍ਰੀਟਿੰਗ ਕਾਰਡ ਬਣਾ ਕੇ ਦਿੱਤਾ। ਉੱਪਰ ਲਿਖਿਆ ਹੈਪੀ ਬਰਥਡੇ ਹਰਜਾਪ ਸਿੰਘ, ਹੈਪੀ ਬਰਥਡੇ ਮਾਈ ਕਿਊਟ ਬ੍ਰਦਰ ਹਰਜਾਪ ਸਿੰਘ। ਇਹ ਦੋਨੋਂ ਭੈਣ ਭਰਾ ਸਾਡੇ ਸੁਪਨਿਆਂ ਦੇ ਘਰ ਦੇ ਜਦੋਂ ਮੈਂਬਰ ਬਣੇ ਸੀ ਉਦੋਂ ਤੇ ਲੈ ਕੇ ਅੱਜ ਤੱਕ, ਵੜਗੁਰੀ ਤੁਹਾਡੇ ਵੀ ਦੇ ਨੇ ਇਹਨਾਂ ਬੱਚਿਆਂ ਨੇ ਲੈ ਲਖੀਆ, ਤੂੰ ਵੀ ਖਵਾ ਦੇ। ਜਿੱਥੇ ਪੜ੍ਹਾਈ ਲਿਖਾਈ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ, ਉੱਥੇ ਪਰਮਜੀਤ ਨੇ ਆਪਣੇ ਛੋਟੇ ਭਰਾ ਨੂੰ ਇੱਕ ਵੱਡੀ ਭੈਣ ਵਾਂਗੂ ਨਹੀਂ, ਇੱਕ ਮਦਰ ਵਾਂਗੂ, ਮਤਲਬ ਉਹਦੀ ਹਿਫਾਜ਼ਤ ਹਰ ਜਗ੍ਹਾ ਤੇ ਉਹਦੀ ਸਪੋਰਟ ਕੀਤੀ। ਇਹਨਾਂ ਬੱਚਿਆਂ ਦੀ ਪਿਛਲੀ ਜ਼ਿੰਦਗੀ 'ਚ ਜੋ ਹੋਇਆ ਉਹਦਾ ਅਸੀਂ ਵਾਰ ਵਾਰ ਜ਼ਿਕਰ ਨਹੀਂ ਕਰਾਂਗੇ, ਪਰ ਜੋ ਅੱਜ ਹੋ ਰਿਹਾ ਜਾਂ ਅੱਗੇ ਹੋਣਾ ਉਹਦੇ ਬਾਰੇ ਅਸੀਂ ਜ਼ਰੂਰ ਫਿਕਰਮੰਦ ਵੀ ਹਾਂ ਅਤੇ ਉਹਦੇ ਲਈ ਸੁਚੇਤ ਵੀ ਹਾਂ ਅਤੇ ਉਹਦੇ ਲਈ ਅਸੀਂ ਯਤਨਸ਼ੀਲ ਵੀ ਹਾਂ ਵੀ ਮੇਰੀ ਧੀ ਪਰਮਜੀਤ ਅਤੇ ਸਾਡਾ ਹਰਜਾਪ ਪੜ੍ਹ ਲਿਖ ਕੇ ਇੱਕ ਚੰਗੇ ਇਨਸਾਨ ਬਣਨ, ਸਾਡੇ ਸਮਾਜ ਨੂੰ ਇੱਕ ਚੰਗਾ ਸੁਨੇਹਾ ਦੇਣ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਨਸਲਾਂ ਨੂੰ ਪ੍ਰੇਰਨਾ ਮਿਲੇ ਇਹਨਾਂ ਬੱਚਿਆਂ ਤੋਂ ਵੀ ਜ਼ਿੰਦਗੀ ਦੇ ਵਿੱਚ ਠੋਕਰਾਂ ਵੀ ਵੱਜਦੀਆਂ ਰਹਿੰਦੀਆਂ, ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਵੀ ਆਉਂਦੇ ਰਹਿੰਦੇ ਆ, ਜ਼ਿੰਦਗੀ ਦੇ ਵਿੱਚ ਡਿੱਗਦੇ ਵੀ ਰਹਿੰਦਾ ਇਨਸਾਨ, ਡਿੱਗ ਡਿੱਗ ਕੇ ਸਵਾਰ ਹੁੰਦੇ ਨੇ। ਪਰ ਜੇ ਜਜ਼ਬਾ ਹੋਵੇ, ਜੇ ਇੱਕ ਦ੍ਰਿੜ ਇੱਛਾ ਹੋਵੇ, ਇੱਕ ਦੂਸਰੇ ਦਾ ਸਾਥ ਹੋਵੇ ਤਾਂ ਪਰਮਾਤਮਾ ਵੀ ਬਾਂਹ ਫੜਦਾ।
ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਸਾਡੇ ਸੁਪਨਿਆਂ ਦੇ ਘਰ ਦਾ ਮੈਂਬਰ ਬਣਾਇਆ ਇਹਨਾਂ ਦੋਨੇ ਬੱਚਿਆਂ ਨੂੰ। ਤੇ ਜਿਸ ਦਿਨ ਤੋਂ ਇਹ ਬੱਚੇ ਸੁਪਨਿਆਂ ਦੇ ਘਰ ਦਾ ਹਿੱਸਾ ਬਣੇ ਨੇ, ਹਰ ਰੋਜ਼ ਕੁਛ ਨਵਾਂ ਸਿੱਖਦੇ ਨੇ। ਪਰਮਜੀਤ ਨੇ ਹਮੇਸ਼ਾ ਆਪਣੀਆਂ ਗਲਤੀਆਂ ਤੋਂ ਵੀ ਸਿੱਖਿਆ, ਆਪਣੇ ਛੋਟੇ ਭਰਾ ਲਈ ਬਹੁਤ ਸਾਰੇ ਸੈਕਰੀਫਾਈਸ ਕੀਤੇ। ਤੇ ਮੇਰੀ ਇਸ ਧੀ ਦੀ ਉਹ ਹਰ ਇੱਕ ਕੁਰਬਾਨੀ, ਮੇਰੀ ਧੀ ਦੀ ਉਹ ਹਰ ਇੱਕ ਕੋਸ਼ਿਸ਼ ਜਿਹੜੀ ਇਹਨੇ ਆਪਣੇ ਛੋਟੇ ਭਰਾ ਲਈ ਕੀਤੀ ਆ, ਆਪਣੇ ਮੰਮੀ ਦੇ ਜਾਣ ਤੋਂ ਬਾਅਦ ਉਹ ਸਫਲ ਹੋਵੇ, ਹਰ ਜਾਪ ਪੜ੍ਹ ਲਿਖ ਕੇ ਚੰਗਾ ਅਫਸਰ ਬਣੇ। ਤੇ ਇਹ ਸਾਰੀ ਸੰਗਤ ਨੂੰ, ਸਾਡੀ ਭੈਣਾਂ ਭਰਾਵਾਂ ਨੂੰ ਵੀ ਬੇਨਤੀ ਆ, ਅਰਦਾਸ ਕਰਿਓ ਹਰਜਾਪ ਸਿੰਘ ਲਈ। ਹਰਜਾਪ ਦਾ ਗਿਫਟ ਆ ਜੀ ਇਹ ਰਿਮੋਟ ਵਾਲੀ ਕਾਰ, ਹਰਜਾਪ ਦੀ ਛੋਟੀ ਭੈਣ ਵੱਲੋਂ, ਵੱਡੀ ਭੈਣ ਵੱਲੋਂ, ਸੱਚੀ ਛੋਟੀ ਨੂੰ ਪਰਮਜੀਤ ਵੱਲੋਂ ਹਰਜਾਪ ਨੂੰ ਯੈਲੋ ਕਲਰ ਦੀ ਫਰਾਰੀ ਕਾਰ ਰਿਮੋਟ ਵਾਲੀ ਗਿਫਟ ਕੀਤੀ ਜਾਂਦੀ ਹੈ। ਬਹੁਤ ਬਹੁਤ ਸ਼ੁਕਰੀਆ। ਇਹਨਾਂ ਬੱਚਿਆਂ ਲਈ ਤੁਹਾਡੀਆਂ ਬਲੈਸਿੰਗਸ ਦੀ ਲੋੜ ਆ, ਤੁਹਾਡੀਆਂ ਦੁਆਵਾਂ ਦੀ ਲੋੜ ਆ, ਤੁਹਾਡੀਆਂ ਅਰਦਾਸਾਂ ਦੀ ਲੋੜ ਆ। ਅਸੀਂ ਇਹਨਾਂ ਦੇ ਚੰਗੇ ਮਾਂ ਬਾਪ ਬਣ ਸਕੀਏ ਜ਼ਰੂਰ ਅਰਦਾਸ ਕਰੀਏ। ਸੱਚੇ ਪਾਤਸ਼ਾਹ ਸਾਨੂੰ ਸਮਤ ਬੁੱਧੀ ਬਖਸ਼ਣ, ਅਸੀਂ ਇਹਨਾਂ ਆਪਣੇ ਬੱਚਿਆਂ ਦੇ, ਇਹਨਾਂ ਬੱਚੀਆਂ ਦੇ ਸਿਮਰਨ ਉਧਰ ਨੂੰ ਦੇਖੋ, ਉਧਰ ਦੇਖੋ ਪਿੱਛੇ ਆਰਤੀ, ਸਾਰੇ ਸਾਹਿਬ ਜੋਤ ਸਿਮਰਨ, ਸਾਰੇ ਆ ਵਿਦਿਆ ਵੀ ਖੜੀ ਹੈ ਸਾਡੀ, ਭੂਵਨ ਖੜਾ ਸੱਚ ਲੈ, ਗੁਰਫਤਿਹ ਪਾਰੋ ਲਖੀਆ ਖੜੀ ਹੈ ਸਾਡੀ, ਕੋਮਲ ਖੜੀ ਹੈ ਸਾਡੀ, ਸਾਡਾ ਪੌਲ ਖੜਾ, ਰਾਜਕੁਮਾਰ ਸਾਡਾ ਖੜਾ, ਸਾਡੀ ਅਮਨ ਖੜੀ ਆ, ਸਾਕਸ਼ੀ ਖੜੀ ਆ ਸਾਡੀ, ਕਵਿਤਾ ਖੜੀ ਆ ਪਿੱਛੇ, ਪਿੱਛੇ ਭਵਨਜੋਤ ਕੌਰ ਖੜੀ ਆ, ਪਿੱਛੇ ਵਿਦਿਆ ਦਿਵਿਆ ਖੜੀ ਆ, ਮਾਂ ਹਿਮਾਂਸ਼ੀ ਖੜੀ ਆ, ਸਿਮਰਨ ਖੜੀ ਆ, ਤੇ ਇੱਧਰ ਸਾਡਾ ਸ਼ਹਿਬਾਜ਼ ਖੜਾ ਵਾ, ਇੱਧਰ ਸਤਨਾਮ ਸਿੰਘ ਆ, ਇੱਧਰ ਜਸ਼ਨ ਆ, ਇੱਧਰ ਸੰਦੀਪ ਆ, ਗੋਲਡਨ ਆ, ਅਰਜਨ ਆ, ਕੁਨਾਲ ਆ, ਗੁਰਪ੍ਰੀਤ ਸਿੰਘ ਆ, ਸਾਰੇ ਬੱਚੇ। ਤੇਰਾ ਕੀ ਨਾਮ ਆ? ਜਸਕਰਨ ਸਿੰਘ ਆ। ਤੇ ਆ ਸਾਡੀ ਨਿੱਕੀ ਜੀ ਗੁਰਸਿਮਰਨ ਕੌਰ ਦਿੱਲੀ ਤੋਂ ਸਾਡੀ ਧੀ ਰਾਣੀ। ਇੱਧਰ ਅਰਮਾਨ ਵੀ ਖੜਾ, ਅਰਮਾਨ ਅੱਗੇ ਆ ਯਾਰ, ਤੂੰ ਅਰਮਾਨ ਵੀ ਖੜਾ ਤੁਹਾਡਾ। ਆ ਪਿੱਛੇ ਛੋਟਾ ਜਵਾਕ ਰਿਸ਼ੂ ਖੜਾ, ਰੋਹਿਤ, ਮਤਲਬ ਇਹਨਾਂ ਸਾਰੇ ਬੱਚਿਆਂ ਦਾ। ਸਾਡੀ ਨਿੱਕੀ ਜੀ ਮੈਂ ਭੁੱਲ ਹੀ ਗਿਆ ਸੀ, ਗਲਕੀਰਤ ਖੜੀ ਆ, ਬਸ ਕਰਿਓ ਇਹਨਾਂ ਲਈ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।